ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਜੋ ਗੁਰਬਾਣੀ ਦਾ ਸ਼ਬਦ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਸ਼ਬਦ ਦੀ ਇੰਨੀ ਮਹਿਮਾ ਹੈ ਇਸ ਵਿੱਚ ਇੰਨੀ ਤਾਕਤ ਹੈ ਕਿ ਜੇਕਰ ਤੁਸੀਂ ਇਸ ਸ਼ਬਦ ਦਾ ਜਾਪ ਸਿਰਫ 21 ਦਿਨ ਆਪਣੇ ਘਰ ਵਿੱਚ ਕਰ ਲਵੋਗੇ ਤਾਂ ਤੁਹਾਡੇ ਘਰ ਦੇ ਵਿੱਚ ਗਰੀਬੀ ਦਾ ਨਾਮ ਉਹ ਨਿਸ਼ਾਨ ਨਹੀਂ ਰਹੇਗਾ ਤੁਹਾਡੇ ਸਿਰ ਤੇ ਜਿੰਨਾ ਮਰਜ਼ੀ ਵੱਡਾ ਕਰਜ਼ਾ ਹੋਵੇ ਚਾਹੇ ਲੱਖਾਂ ਕਰੋੜਾਂ ਰੁਪਏ ਦਾ ਵੀ ਕਰਜ਼ਾ ਕਿਉਂ ਨਾ ਹੋਵੇ ਦਿਨਾਂ ਦੇ ਵਿੱਚ ਹੀ ਉਤਰ ਜਾਵੇਗਾ 21 ਦਿਨਾਂ ਦੇ ਜਾਪ ਕਰਨ ਦੇ ਨਾਲ ਇਹੋ ਜਿਹੀ ਵਿਦ ਬਣ ਜਾਵੇਗੀ ਕਿ ਗੁਰੂ ਮਹਾਰਾਜ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਨੂੰ ਖਤਮ ਕਰ ਦੇਣਗੇ ਘਰ ਦੇ ਵਿੱਚ ਮਾਇਆ ਦੇ ਢੇਰ ਲੱਗ ਜਾਣਗੇ ਅਤੇ ਕਰਜ਼ੇ ਦਾ ਨਾਮੋ ਨਿਸ਼ਾਨ ਵੀ ਤੁਹਾਡੇ ਸਿਰ ਤੇ ਨਹੀਂ ਰਹੇਗਾ ਇਸ ਸ਼ਬਦ ਦਾ ਜਾਪ 21 ਦਿਨ ਲਗਾਤਾਰ ਹਰ ਰੋਜ਼ 21 ਵਾਰ ਕਰਨਾ ਹੈ ਆਓ ਹੁਣ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਰਾਗ ਸੂਹੀ ਮਹੱਲਾ ਪੰਜਵਾਂ ਘਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਪਲੀ ਸੁਹਾਵੀ ਛਪਰੀ ਜਾ ਮੈਂ ਹਰ ਗੁਣ ਗਾਏ ਕਿਤਹੀ ਕਾਮਨਾ ਤੌਲ ਹਰ ਜਿਤ ਹਰ ਬਿਸਰਾਏ ਰਹਾਉ ਅਨਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹੋ ਵੱਡਪਨਾ ਮਾਇਆ ਲਪਟਾਏ ਪੀਸਨ ਪੀਸ ਓ ਡ ਕਮਰੀ ਸੁਖ ਮਨ ਸੰਤੋਖ ਖਾਏ ਐ ਸੋ ਰਾਜ ਨ ਕਿਤੇ ਕਾਜ ਜਿਤਨਹਿ ਤ੍ਰਿਪਤਾਏ ਨਗਰ ਫਿਰ ਤੇ ਰੰਗ ਏਕ ਹੈ ਉਹ ਸੋਬਾ ਪਾਏ ਪਾਟ ਪਟੰਬਰ ਬਿਰਥਿਆ ਜਿਹਰਾ ਚ ਲੋਬਾਏ ਸਬ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨੇ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ